ਇੱਕ ਗੁਆਂਢੀ ਨੇ ਹੀ ਆਪਣੇ ਗੁਆਂਢੀ ਦੇ ਉੱਤੇ ਕਾਰ ਚੜਾ ਦਿੱਤੀ ਹੈ। ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਤਾਂ ਦੱਸ ਦਈਏ ਕਿ ਇੱਕ ਗੁਆਂਢੀ ਨੇ ਆਪਣੇ ਹੀ ਗੁਆਂਢੀ ਦੇ ਉੱਤੇ ਕਾਰ ਚੜਾ ਦਿੱਤੀ ਹੈ। ਹਾਲਾਂਕਿ ਜਿਸ ਗੁਆਂਢੀ ਦੇ ਉੱਤੇ ਕਾਰ ਚੜਾਈ ਹੈ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਅਕਸਰ ਹੀ ਉਸ ਵਿਅਕਤੀ ਦੇ ਵੱਲੋਂ ਉਹਨਾਂ ਦੇ ਨਾਲ ਗਾਲੀ ਗਲੋਚ ਕੀਤਾ ਜਾਂਦਾ ਹੈ। ਗਾਲੀ ਗਲੋਚ ਕਰਨ ਤੋਂ ਬਾਅਦ ਗਲਤ ਇਸ਼ਾਰੇ ਕੀਤੇ ਜਾਂਦੇ ਨੇ ਜਿਸ ਤੋਂ ਉਹ ਕਾਫੀ ਦੁਖੀ ਸਨ। ਜਦੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਉਸਨੇ ਗੁੱਸੇ ਦੇ ਵਿੱਚ ਆ ਕੇ ਉਸਦੇ ਪਤੀ ਦੇ ਉੱਤੇ ਗੱਡੀ ਚੜ੍ਹਾ ਦਿੱਤੀ ਹੈ। ਹਾਲਾਂਕਿ ਗੱਡੀ ਚੜ੍ਹਾਉਣ ਦੀ ਇਹ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਗਲੀ ਦੇ ਵਿੱਚ ਖੜ੍ਹੀ ਨਜ਼ਰ ਆ ਰਹੀ ਹੈ, ਪਰ ਠੀਕ ਇਸ ਤੋਂ ਬਾਅਦ ਜਦੋਂ ਇੱਕ ਵਿਅਕਤੀ ਅੱਗੇ ਆ ਕੇ ਗਿਰਦਾ ਹੈ ਤਾਂ ਉਸਦੇ ਉੱਪਰੋਂ ਤੀ ਹੀ ਕਾਰ ਇਹ ਨਿਕਲ ਕੇ ਚਲੀ ਜਾਂਦੀ ਹੈ। ਹਾਲਾਂਕਿ ਤਸਵੀਰਾਂ ਦੇ ਵਿੱਚ ਸਾਫ਼ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖਰ ਇਨਸਾਨੀਅਤ ਕਿੰਨੀ ਕੁ ਮਰ ਚੁੱਕੀ ਹੈ ਕਿ ਆਖਰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਕੀਤੀ ਜਾ ਰਹੀ। ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਮਾਮੂਲੀ ਗੱਲ ਨੂੰ ਲੈ ਕੇ ਦੋ ਗੁਆਂਢੀਆਂ ਦੇ ਵਿੱਚ ਤਕਰਾਰ ਚੱਲੀ ਆ ਰਹੀ ਸੀ ਅਤੇ ਅੱਜ ਕਿਹਾ ਜਾ ਰਿਹਾ ਕਿ ਤਕਰਾਰ ਇੰਨੀ ਵੱਧ ਗਈ ਕਿ ਉਸਨੇ ਆਪਣੇ ਹੀ ਗੁਆਂਢੀ ਦੇ ਉੱਤੇ ਗੱਡੀ ਚੜ੍ਹਾ ਦਿੱਤੀ, ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਬਾਅਦ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਗੱਡੀ ਚੜ੍ਹਾ ਕੇ ਫਰਾਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਵਿਅਕਤੀ ਹੈ ਉਸਦੀ ਲੱਤ ਦੇ ਉੱਤੇ ਕਿਹਾ ਜਾ ਰਿਹਾ ਕਿ ਬੁਰੇ ਤਰੀਕੇ ਦੀ ਸੱਟ ਲੱਗੀ ਹੈ, ਖੂਨੋ ਖੂਨ ਉਸਦੀ ਲੱਤ ਹੋ ਜਾਂਦੀ ਹੈ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਪਰਿਵਾਰਕ ਮੈਂਬਰਾਂ ਨੇ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ। ਸਵੇਰੇ ਰਾਤ 9:30 ਗਾਲੀ ਗਲੋਚ ਕੀਤਾ ਬੜਾ। ਕਿਹਨੇ ਗਾਲੀ ਗਲੋਚ ਕੀਤਾ ਜੀ? ਰਾਜੇਸ਼ ਕੁਮਾਰ ਨੇ, ਉਹਦੇ ਘਰਵਾਲੀ ਨੇ, ਸਾਰੇ ਗਾਲੀ ਪੂਰਾ ਕੱਢਤਾ, ਪੂਰਾ ਪਰਿਵਾਰ ਨੇ। ਅੱਛਾ ਜੀ। ਕੋਠੇ ਉਹਦੇ ਕੋਠੇ ਉੱਤੇ ਹੈਗਾ, ਸਾਡੇ ਕੋਠੇ ਥੱਲੇ ਹੈਗਾ ਵਾ। ਜਦੋਂ ਅਸੀਂ ਕੋਠੇ 'ਤੇ ਚੜ੍ਹਨਾ ਉਹਦੇ ਮਕੌਲ ਕਰਦਾ, ਉਹਨੇ ਜਦੋਂ ਮਰਜ਼ੀ ਸਾਡੇ ਕੋਲ ਮਕੌਲ ਕਰਦਾ ਸੀ। ਇਹਨਾਂ ਨਾਲ ਜੋ ਮਰਜ਼ੀ ਅਸੀਂ ਚੜ੍ਹ ਜਾਈਏ, ਮਾਂ ਪੁੱਤਾਂ ਜੋ ਮਰਜ਼ੀ ਚੜ੍ਹ ਜਾਈਏ, ਅਸੀਂ ਬੜੇ ਬਰਦਾਸ਼ਤ ਕਰਕੇ ਰਹੇ। ਮੈਂ ਕੋਈ ਗੱਲ ਨਾ, ਚੁੱਪ ਹੋ ਜਾਈਏ, ਚੁੱਪ ਹੋ ਜਾਈਏ, ਕੋਈ ਗੱਲ ਨਾ। ਉਹਨੇ ਫਿਰ ਰਾਤ ਨੇ ਬੜੀ ਗੱਲਾਂ ਕਹੀਆਂ ਨਾ, ਉਹਨੇ ਮਹੱਲੇਦਾਰੀ ਸਾਰੇ ਸੁਣੇ। ਫਿਰ ਮਹੱਲੇਦਾਰੀ ਨੇ ਫਿਰ ਬੋਲੇ ਕਿ ਤੁਸੀਂ ਚੁੱਪ ਹੋ ਜਾ। ਉਹਨੇ ਚੁੱਪ ਨਹੀਂ ਹੋਇਆ ਤਾਂ ਸਾਨੂੰ ਬੋਲਿਆ ਕਿ ਤੁਸੀਂ ਅੰਦਰ ਵੜ ਜਾਓ, ਕੋਈ ਗੱਲ ਨਾ। ਅਸੀਂ ਅੰਦਰ ਵੜ ਗਏ ਰਾਤ 'ਚ। ਫਿਰ ਸਵੇਰੇ ਉੱਠ ਕੇ ਫਿਰ ਕੋਠੇ 'ਤੇ ਚੜ੍ਹ ਕੇ ਫਿਰ ਪਗਾਲੀ ਕੱਢਾ, ਕੁੜੀਆਂ ਲਗਾ ਕੇ ਗੱਡੀ ਕੱਢਾ। ਤੁਸੀਂ ਬਾਹਰ ਕਿਉਂ ਨਹੀਂ ਨਿਕਲਦਾ ਸਾਡੇ ਨਾਲ? ਤੁਸੀਂ ਡਰਦਾ ਵਾ ਤਾਂ ਅਸੀਂ ਤੁਸੀਂ ਬਾਹਰ ਨਹੀਂ ਨਿਕਲਣਾ, ਅਸੀਂ ਸਾਰਾ ਪਰਿਵਾਰ ਬਾਹਰ ਨਿਕਲਣੇ। ਤਾਂ ਉਹਨੇ ਫਿਰ ਮੈਂ ਬੋਲਿਆ ਜੋ ਰਾਤ ਗੱਡੀ ਕੱਢ, ਤੁਸੀਂ ਰਾਤ ਦੀ ਗੱਡੀ ਕੱਢ, ਜਿੰਨੀ ਮਰਜ਼ੀ ਤੁਸੀਂ ਗਾਲੀ ਕੱਢਾ, ਉਹਨੇ ਤੂੰ ਗੱਡੀ 'ਤੇ ਉਤਰ ਕੇ ਥੱਲੇ ਅਤੇ ਤੁਸੀਂ ਬਾਤ ਕਰੋ ਸਭ, ਤੁਸੀਂ ਬੰਦੇ ਬੁਲਾਓ, ਅਸੀਂ ਬੰਦੇ ਬੁਲਾਇਆ, ਜੋ ਗੱਲ ਵਿੱਤਾ ਇੰਨੇ ਗੰਦ ਕਿਉਂ ਗਾਲੀ ਕੱਢਦਾ, ਤੇਰਾ ਕੀ ਸਮੱਸਿਆ ਹੈਗਾ, ਤੁਸੀਂ ਸੁਲ ਕਰੋ, ਹੈਂ ਤੁਸੀਂ ਕਿਉਂ ਇਤਨਾ ਗੰਦ ਗਾਲੀ ਕੱਢਦਾ। ਉਹਨੇ ਉਹਨੇ ਕੁਛ ਨਹੀਂ ਬੋਲਿਆ, ਉਹਨੇ ਅਸੀਂ ਸਾਰੇ ਪਰਿਵਾਰ ਖੜੀ, ਉਹਨੇ ਵੀਡੀਓ ਬਣਾਇਆ ਵਾ ਤਾਂ ਭੂਤ ਨਾਲੇ ਗੱਡੀ 'ਤੇ ਬੈਠਾ ਵਾ, ਅਤੇ ਉਹਨੇ ਕਹਿਤਾ ਕਿ ਭੂਤੇ ਤੁਸੀਂ ਗੱਡੀ ਚਲਾ ਦਿਓ, ਮਾਰਨੇ ਕੀ ਇਰਾਦਾ ਮੇਰਾ ਹਸਬੈਂਡ 'ਤੇ ਗੱਡੀ ਚੜ੍ਹਾਇਆ ਵਾ ਤਾਂ ਘਸੀਟ ਕੇ ਲੈ ਗਿਆ ਵਾ। ਮੇਰੇ ਪਿਤਾ ਦੀ ਗੱਡੀ ਚੜ੍ਹਾਈ ਗਈ ਆ ਅਤੇ ਮੇਰੀ ਇਹ ਮੰਗ ਕਿ ਸਾਰਾ ਖਰਚਾ ਕੀਤਾ ਜਾਵੇ ਅਤੇ ਨਾਲ ਉਹਨੂੰ ਜੇਲ੍ਹ ਦੇ ਅੰਦਰ ਜੇ ਸਜ਼ਾ ਮਿਲੀ ਜਾਵੇ, ਸਾਰਾ ਜੇਲ੍ਹ ਦੇ ਅੰਦਰ ਵਾੜਿਆ ਜਾਵੇ। ਹੱਡੀਆਂ ਟੁੱਟ ਗਈਆਂ ਸਰੀਰ ਦੀਆਂ, ਲੱਤ ਵੀ ਟੁੱਟ ਗਈ ਆ ਪੂਰੀ, ਚੁੱਲ੍ਹੇ ਦੀਆਂ ਹੱਡੀਆਂ ਵੀ ਟੁੱਟੀਆਂ ਹੈਗੀਆਂ ਤੇ ਤੱਕ ਹਸਪਤਾਲ 'ਚ ਹੈਗੇ ਆ। ਥਾਣੇ ਆਏ ਕੀ ਕਾਰਵਾਈ? ਥਾਣੇ ਕਾਰਵਾਈ ਕੀਤੀ ਗਈ ਕਿ ਸਾਨੂੰ ਇਨਸਾਫ ਮਿਲੇ ਤੇ ਕੀਤਾ ਜਾਵੇ, ਕੇਸ ਕੀਤਾ ਜਾਵੇ ਤੇ ਨਾਲ ਜਲਦ ਤੋਂ ਜਲਦ ਨਿਆਂ ਮਿਲੇ। ਕੱਲ੍ਹ ਪਰਸੋਂ ਰਾਤ ਉਪਿੰਦਰ ਕੁਮਾਰ ਜੀ ਮੇਰੇ ਕੋਲ ਆਏ, ਰਾਤ ਕੋਈ 12:30-1 ਵਜੇ ਦੇ ਕਰੀਬ। ਮੈਨੂੰ ਕਹਿਣ ਲੱਗੇ ਕਿ ਇੱਦਾਂ ਮੇਰਾ ਪੜੋਸੀ ਆ ਰਜੇਸ਼ ਕੁਮਾਰ,
ਜਿਹੜਾ ਕਿ ਅੱਧੀ ਰਾਤ ਮੈਨੂੰ ਗਾਲਾਂ ਕੱਢ ਕੇ ਅਤੇ ਗੰਦੇ ਇਸ਼ਾਰੇ ਮੇਰੀਆਂ ਲੜਕੀਆਂ ਨੂੰ ਮੇਰੇ ਪਰਿਵਾਰ ਨੂੰ ਕਰਨ ਡਿਆ। ਬਹੁਤ ਜ਼ਿਆਦਾ ਗਲੀ ਮੁਹੱਲਾ ਵੀ ਉੱਥੇ ਇਕੱਠਾ ਹੋਇਆ ਅਤੇ ਉਹਨੂੰ ਸਮਝਾਇਆ ਵਾ, ਪਰ ਉਹ ਇਸ ਨੀਤ ਨਾਲ ਹੀ ਬਹੁਤ ਗੰਦ ਅਸੀਂ ਨਹੀਂ ਬੋਲਿਆ, ਕਿਸੇ ਨੂੰ ਪੁੱਛ ਲਓ ਬੋਲ ਰਿਹਾ ਤਾਂ ਕੀ ਕਰਾਂ। ਮੈਂ ਕਿਹਾ ਤੂੰ ਜਾ ਕੇ ਸੌਂ ਜਾ ਅਤੇ ਸਵੇਰੇ ਉੱਠ ਕੇ ਉਹਦੇ ਨਾਲ ਗੱਲ ਕਰ ਲਾਂਗੇ, ਪੁੱਛਾਂਗੇ ਮੁਹੱਲੇ ਵਾਲਿਆਂ ਨੂੰ ਇਕੱਠੇ ਕਰਕੇ ਵੀ ਇਹ ਗੰਦਾ ਗਲਤ ਕੰਮ ਕਰਦਾ ਕਿਉਂ ਕਰਨ ਡਿਆ। ਸਵੇਰੇ ਮੈਨੂੰ ਫੋਨ ਆਇਆ ਜੀ 9:30 ਵਜੇ ਇਹਦੀ ਬੇਟੀ ਦਾ ਆਇਆ ਭੁਪਿੰਦਰ ਕੁਮਾਰ ਦੀ ਕਿ ਮੇਰੇ ਪਾਪਾ ਦੇ ਉੱਤੇ ਗੱਡੀ ਚੜ੍ਹਾ ਤੀ, ਉਹਨਾਂ ਨੇ ਪਾਪਾ ਦੇ ਉੱਤੇ ਸੱਟਾਂ ਲਾ ਤੀਆਂ ਨੇ, ਅੰਕਲ ਆਓ। ਅਤੇ ਹੋਸਪਿਟਲ ਲੈ ਗਿਆ, ਮੈਂ ਵੀ ਪਹੁੰਚਿਆ ਜੀ। ਮੁੱਦਾ ਤਾਂ ਬੜਾ ਗੰਭੀਰ ਆ, ਜਿਹੜਾ ਬੰਦਾ ਹੈ ਉਹ ਨਾ ਜਿਉਂਦਿਆਂ 'ਚ ਨਾ ਮਰਿਆਂ 'ਚ, ਜੋ ਉਹਦੀ ਹਾਲਾਤ ਵੇਖੀ ਜਾ ਰਹੀ ਆ। ਲੇਕਿਨ ਕੱਲ੍ਹ ਸਵੇਰ ਦਾ ਇਹ ਮੁੱਦਾ ਸੀਗਾ, ਆਪਾਂ ਨੂੰ ਅੱਜ ਥਾਣੇ ਇਕੱਠੇ ਹੁੰਦਾ ਰੀਜਨ ਇਹ ਸੀ ਕਿ ਸਵੇਰ ਦੀ ਕੱਲ੍ਹ ਦੀ ਕੰਪਲੇਂਟ ਕੀਤੀ ਸੀ ਆਪਾਂ 2 ਦਿਨ ਹੋ ਗਏ, ਅਤੇ ਜਿਹੜੇ ਅੱਜ ਆਪਣੇ 30 ਘੰਟੇ ਬੀਤਣ ਦੇ ਬਾਅਦ ਅੱਜ ਪੁਲਿਸ ਅਫਸਰ ਜਿਹੜੇ ਇਹਨਾਂ ਦੇ ਇਨਕੁਆਇਰੀ ਕਰਨ ਘਰ ਪਹੁੰਚੇ ਨੇ, ਉੱਥੋਂ ਇਨਕੁਆਇਰੀ ਕਰਨ ਉਪਰੰਤ ਮੈਨੂੰ ਮੇਰੀਆਂ ਭੈਣਾਂ ਨੇ ਦੱਸਿਆ ਕਿ ਉਹ ਸਾਨੂੰ ਵੀ ਕੁਝ ਗਲਤ ਬੋਲਦੇ, ਕੋਈ ਮੁੰਡਿਆਂ ਨੂੰ ਵੀ ਗਲਤ ਬੋਲਦੇ, ਕੋਈ ਉਹਨਾਂ ਦੀ ਗੱਲ ਨਹੀਂ ਸੁਣਦੇ। ਅਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਵੀ ਜਿਹੜੀ ਕਾਰਵਾਈ ਬਣਦੀ ਆ ਉਹ ਪੂਰੀ ਕਰਾਵਾਂਗਾ, ਮੈਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗਾ। ਮੇਰਾ ਆਪਣਾ ਪ੍ਰੇਮੀ ਸੀ, ਪਰਿਵਾਰ ਹੈ, ਇਹ ਨਹੀਂ ਕਿ ਇਹੋ ਹੀ ਇਕੱਲਾ, ਕੋਈ ਹੋਰ ਵੀ ਹੋਵੇ, ਮੈਂ ਗਰੀਬਾਂ ਵਾਸਤੇ 24 ਘੰਟੇ ਹਾਜ਼ਰ ਹਾਂ ਰਾਤ ਦਿਨ ਲਈ। ਮੈਂ ਉੱਥੋਂ ਕਾਲ ਕੀਤੀ, SHO ਸਾਹਿਬ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਭਾਅ ਜੀ ਤੁਹਾਡੀ ਕਾਰਵਾਈ ਪੂਰੀ ਹੋਏਗੀ, ਤੁਸੀਂ ਆਓ। ਅਸੀਂ 3 ਵਜੇ ਫਿਰ ਇੱਥੇ ਜੀ ਟਾਈਮ ਦਿੱਤਾ ਆਏ ਹਾਂ, ਅਤੇ ਸਾਰਾ ਮੁਹੱਲਾ ਸਹਿਯੋਗੀ ਇਕੱਠੇ ਹੋਏ ਨੇ, ਉਹਦੇ ਭੁਪਿੰਦਰ ਦੇ ਰਿਸ਼ਤੇਦਾਰ ਵੀ, ਭੈਣ ਭਰਾ ਜਿਹੜੇ ਲਾਗੇ ਚਾਗੇ ਨੇ, ਸਾਰੇ ਆਏ ਨੇ। ਦੇਖੋ ਜੀ, ਉਹ ਸਾਰੀ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਪਿਓ ਪੁੱਤਾਂ ਨੂੰ ਇੱਕ ਦੇਬਾ ਨਾਮ ਦਾ ਸ਼ਖਸ ਆ ਕੋਈ ਉੱਥੇ ਆਪਣਾ ਕੀ ਨਾਂ ਇੰਦਰਾ ਕਲੋਨੀ ਦੇ ਵਿੱਚ, ਜਿਹਦੀ ਸ਼ਹਿ ਦੇ ਉੱਤੇ ਉਹ ਬਹੁਤ ਜ਼ਿਆਦਾ ਪੁੱਤਰ ਦੇ, ਉਹ ਲਾਗੇ ਖਲੋ ਕੇ ਉਹਨੇ ਕਿਹਾ ਵੀ ਚੜ੍ਹਾ ਦਿਓ ਗੱਡੀ, ਭੈਣ 'ਚ ਮਾਰ ਦਿਓ, ਵੇਖੀ ਜਾਏਗੀ, ਮੈਂ ਸਾਂਭ ਲਾਂਗਾ ਜੋ ਇਹਨਾਂ ਦਾ ਸਾਰੇ ਮੁਹੱਲੇ ਦੇ ਦੱਸਣ ਦੇ ਘਰ। ਉਹ ਸਲਾਮਾਂ ਦੇ ਕੇ ਇਹੋ ਜਿਹਾ ਕੰਮ ਕਰਾ ਕੇ ਉਰੇ ਪਰੇ ਚਲ ਗਿਆ। ਮੈਂ ਕਹਿੰਦਾ ਇਹੋ ਜਿਹੇ ਜਿਹੜੇ ਅੰਤਰ ਆ ਨਾ, ਇਹਨਾਂ ਬੰਦਿਆਂ ਦੇ ਉੱਤੇ ਵੀ ਨਾਲ ਕਾਰਵਾਈ ਹੋਣੀ ਚਾਹੀਦੀ ਆ, ਵੀ ਜਿਹੜੇ ਇੱਕ ਦੂਜੇ ਸ਼ਹਿਵਾਂ ਦੇ ਕੇ ਕਲੇਸ਼ ਕਰਾਉਂਦੇ ਨੇ, ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਨਾਲ ਹੋਣੀ ਚਾਹੀਦੀ ਆ। ਆਪਾਂ ਪੁਲਿਸ ਅਫਸਰਾਂ ਨੂੰ ਆ ਕੇ ਥੋੜ੍ਹੀ ਜਿਹੀ ਗਰਮੀ ਦੇ ਵਿੱਚ ਪੇਸ਼ ਆਏ ਹਾਂ ਵੀ ਭਾਅ ਜੀ ਸਾਡਾ ਜਿਹੜਾ ਕਾਰਨ ਆ ਕੱਲ੍ਹ ਦਾ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ, ਉਹਨਾਂ ਬੰਦਿਆਂ ਦੇ ਘਰ ਰੈਸਟ ਕਿਉਂ ਨਹੀਂ ਪਾਈ ਜਾ ਰਹੀ, ਉਹਨਾਂ ਦੇ ਚੱਕਰ ਕਿਉਂ ਨਹੀਂ ਲਾਇਆ ਜਾ ਰਿਹਾ। ਅੱਜ ਮੌਕੇ 'ਤੇ ਅਫਸਰ ਹੰਸਰਾਜ ਜੀ ਬਹੁਤ ਵਧੀਆ ਇਨਸਾਨ ਨੇ, ਮੈਂ ਇਹਨਾਂ ਕੋਲ ਬੜੇ ਕੇਸ ਕਰਾਏ ਨੇ, ਬੜੇ ਵਧੀਆ ਇਨਸਾਨ ਨੇ, ਬੜੇ ਵਧੀਆ ਕੇਸਾਂ ਨੂੰ ਹੈਂਡਲ ਕਰਦੇ ਨੇ। ਲੇਕਿਨ ਕਿਸੇ ਵੇਲੇ ਪੁਲਿਸ ਦੀ ਮਜਬੂਰੀ ਕੋਈ ਬਣ ਜਾਂਦੀ, ਕਿਸੇ ਵੇਲੇ ਨਹੀਂ ਜਾਇਆ ਜਾਂਦਾ, ਕਿਤੇ ਮੰਨਦੇ ਆਪਾਂ ਵੀ ਡਿਊਟੀ ਦੇ ਅਫਸਰ ਹੈ, ਕੋਈ ਮੌਕਾ ਹੁੰਦਾ, ਲੇਕਿਨ ਜਾ ਕੇ ਕਿਸੇ ਦੇ ਨਾਲ ਆਪਾਂ ਜਿਹੜਾ ਆਪਣਾ ਵੇ ਆਫ ਟਾਕਿੰਗ ਗਲਤ ਕਰਨੀ ਉਹ ਸਾਡੇ ਵਾਸਤੇ ਰੋਂਗ ਆ, ਮਾੜੀ ਆ। ਹੁਣ ਕੀ ਜੇ ਬੀਬੀਆਂ ਹਾਸਲ ਜੀ ਆ, ਬੀਬੀਆਂ ਵਿਚਾਰੀਆਂ ਦੱਸਣੀਆਂ ਵੀ ਹੋਇਆ, ਉਹ ਹੰਸਰਾਜ ਜੀ ਕਹਿੰਦੇ ਮੈਂ ਇੱਦਾਂ ਨਹੀਂ ਬੋਲਿਆ, ਚਲੋ ਤੁਹਾਨੂੰ ਲੱਗਾ ਸੋਰੀ ਫੀਲ ਹੈ, ਕੋਈ ਗੱਲ ਨਹੀਂ, ਅਸੀਂ ਉਹ ਵੀ ਬੰਦੇ ਬੜੇ ਵਧੀਆ। ਅੱਜ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਪਰਚਾ ਜਿਹੜਾ ਬਿਆਨ ਲਓ ਬੀਬੀ ਦੇ, ਉਹਦੀ ਵਾਈਫ ਦੇ, ਮੁਹੱਲੇ ਵਾਲਿਆਂ ਦੀ ਗਵਾਹੀ ਲਓ, ਆ ਭਾਅ ਜੀ ਨੇ ਵੀ ਗਵਾਹੀ ਦਿੱਤੀ, ਸਾਰਿਆਂ ਨੇ ਦਿੱਤੀ, ਬਾਬਾ ਜੀ ਆਏ ਸੀ ਇੱਥੋਂ ਸਾਡੇ, ਉਹਨਾਂ ਵੀ ਗਵਾਹੀ ਦਿੱਤੀ ਆ, ਸਾਰੇ ਮੁਹੱਲੇ ਨੇ ਗਵਾਹੀ ਦਿੱਤੀ ਆ ਜੀ। ਮੈਂ ਵੀ ਇਸ ਚੀਜ਼ ਦੀ ਗਵਾਹੀ ਦੇਵਾਂਗਾ ਕਿ ਜੋ ਮੁਹੱਲਾ ਕਹਿ ਰਿਹਾ ਬਿਲਕੁਲ ਰਾਈਟ ਆ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਉਹਨਾਂ ਨੇ ਉਸ ਬੰਦੇ ਨੇ ਜੋ ਵੀ ਕੀਤਾ ਨਾ, ਇਹ ਵੀਡੀਓ ਨੂੰ ਵੇਖੀ ਜਾਂਦੇ ਨੇ, ਇੱਕ ਵੀਡੀਓ ਆਈ ਆ, ਵੀਡੀਓ ਜਿਹੜੀ ਬਣੀ ਹੈ ਕਾਰਨ ਆ ਕਿ ਗੱਡੀ ਮਾਰੀ ਆ ਪਿੱਛੋਂ 50 ਜਾਂ 60 ਫੁੱਟ ਦਾ ਬਕਵਾ, ਉੱਥੇ ਕੈਮਰਾ ਕੋਈ ਨਹੀਂ, ਉੱਥੋਂ ਬੰਦੇ ਦੇ ਉੱਤੇ ਗੱਡੀ ਚੜ੍ਹਾ ਕੇ ਬੰਦੇ ਨੂੰ ਟਾਇਰ ਨਾਲ ਘੜੀਸਦਾ ਇਹ 60 ਫੁੱਟ ਤੱਕ ਲਿਆਇਆ, ਜਿਹਦੇ ਨਾਲ ਉਹਦੇ ਦੋਵੇਂ ਚੂਲੇ ਦੀਆਂ ਹੱਡੀਆਂ ਸਿਰ ਦੇ ਵਿੱਚ ਟੰਕੇ, ਪਸਲੀ ਉਹਦੀ ਟੁੱਟ ਗਈ ਆ, ਗੋਡਾ ਉਹਦਾ ਘੁੰਮ ਗਿਆ, ਦੋਵੇਂ ਬੰਨੇ ਟੁੱਟ ਗਿਆ ਵਾ, ਬਾਹਾਂ ਦੇ ਉੱਤੇ ਸੱਟਾਂ ਨੇ, ਬਾਥਰੂਮ ਵਾਲੇ ਰਸਤੇ 'ਚ ਉਹਦੇ ਉਹਨੂੰ ਬਲੱਡ ਆ ਰਿਹਾ, ਅਜੇ ਤੱਕ ਠੀਕ ਨਹੀਂ ਹੋਇਆ। ਇਹ ਪੋਜੀਸ਼ਨ ਦੇ ਉੱਤੇ
ਉਹਦੇ ਉੱਤੇ ਡਾਕਟਰਾਂ ਨੇ ਹੁਣ ਤੋਂ ਲੈ ਕੇ 10 ਲੱਖ ਦਾ ਖਰਚਾ ਜਿਹੜਾ ਦੱਸ ਦਿੱਤਾ, ਲੇਕਿਨ ਇਹ ਪਰਿਵਾਰ ਇਹੋ ਜਿਹਾ ਕਿ ਇਹ ਖਰਚਾ ਨਹੀਂ ਜੇ ਕਰ ਸਕਦਾ, ਇਹ ਕਿੱਥੋਂ ਇਹ ਸਾਰਾ ਪਿੰਡ ਗਲੀ ਗਵਾਂਢ ਨੇ ਕੋਈ 2000 ਕੋਈ 5000 ਕੋਈ 10000 ਪਾ ਕੇ ਇਹਨਾਂ ਦੇ ਖਰਚੇ ਵਾਸਤੇ ਇਲਾਜ ਕਰਾ ਰਹੇ ਨੇ। ਅਸੀਂ ਇਹਨਾਂ ਦੀ ਹਿੰਮਤ ਆ ਕਿ ਜਿਹੜੇ ਵੀਰ ਨਾਲ ਇਹ ਤੁਰੇ ਨੇ, ਮੈਂ ਬਹੁਤ ਬਹੁਤ ਇਹਨਾਂ ਵੀਰਾਂ ਦਾ, ਮੁਹੱਲੇ ਵਾਲਿਆਂ ਦਾ ਧੰਨਵਾਦੀ ਹਾਂ ਕਿ ਜਿਹੜਾ ਇੰਨਾ ਆਪਣਾਪਨ ਵਿਖਾ ਕੇ ਇਹਨਾਂ ਦਾ ਸਾਥ ਦੇ ਰਹੇ ਨੇ। ਮੈਂ ਵੀ ਜੋ ਮੇਰੇ ਕੋਲ ਹਿੰਮਤ ਹੋਏਗੀ ਨਾਲ ਕਰਾਂਗਾ। ਪੁਲਿਸ ਨੇ ਅੱਜ ਇਹਨਾਂ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕਰ ਰਹੀ ਆ, ਸਵੇਰੇ FIR ਦੀ ਸਾਨੂੰ ਕਾਪੀ ਮਿਲ ਜਾਏਗੀ, ਜੋ ਉਹਨਾਂ ਦੇ ਉੱਤੇ ਅੰਡਰ ਸੈਕਸ਼ਨ ਦੇ ਧਾਰਾਂ ਲੱਗਣਗੀਆਂ ਉਹ ਧਾਰਾਂ ਦੇ ਉੱਤੇ ਉਹਨੂੰ ਲਿਆਂਦਾ ਜਾਏਗਾ, ਫੜ ਕੇ ਉਹਨੂੰ ਅੰਦਰ ਕੀਤਾ ਜਾਏਗਾ, ਉੱਤੇ ਪਰਚਾ ਵੀ ਦਰਜ ਹੋਏਗਾ ਔਰ ਇਹਨਾਂ ਦਾ ਇਲਾਜ ਦਾ ਖਰਚਾ ਵੀ। ਗਰੀਬ ਪਰਿਵਾਰ, 2 ਧੀਆਂ 1 ਬੇਟਾ, ਕਮਾਉਣ ਵਾਲਾ ਘਰ ਦਾ ਕੋਈ ਜੀ ਨਹੀਂ, ਇਹੋ ਸਿਰ ਦਾ ਸਾਈ ਕਮਾਉਣ ਵਾਲਾ ਸੀ ਜਿਹੜਾ ਸਾਰਾ ਹੀ ਘਰ ਦਾ ਬੇੜਾ ਗਰਕ ਹੋ ਗਿਆ ਇਸ ਇਨਸਾਨਾਂ ਨੇ ਕੀਤਾ। ਇਹੋ ਜਿਹੇ ਇਨਸਾਨਾਂ 'ਤੇ 307 ਲਾ ਕੇ ਇਹਨਾਂ ਨੂੰ ਅੰਦਰ ਭੇਜਾਂਗੇ, ਜ਼ੋਰ ਲਵਾਵਾਂਗੇ, ਅਸੀਂ ਨਾਲ ਸਾਥ ਦੇਵਾਂਗੇ, ਰਾਤ ਦਿਨ ਇੱਕ ਹੋ ਕੇ ਇਹ ਸਾਰਾ ਮੁਹੱਲਾ ਵੀ ਸਾਥ ਦੇਵੇਗਾ ਜੀ, ਜਿੱਥੇ ਸਾਨੂੰ ਪੈਸਾ ਵੀ ਲਾਉਣਾ ਪਏਗਾ ਅਸੀਂ ਨਾਲ ਪੈਸਾ ਵੀ ਲਾਵਾਂਗੇ।